ਡਰ ਲੱਗ ਰਿਹਾ ਹੈ ਥੋੜਾ ਥੋੜਾ। ਜਦੋਂ ਉਦਾਂ ਇਹ ਪ੍ਰੋਸੀਜਰ ਹੋ ਜਾਂਦਾ ਨਾ ਫਿਰ ਥੋੜਾ ਡਰ ਜਿਹਾ ਘਟ ਜਾਂਦਾ। ਨਹੀਂ ਬੱਚੇ ਹਸਪੀਟਲ 'ਚ ਵੀ ਲੇਟ ਜਾਂਦੇ ਖੜੇ ਹੋ। ਹੈਲੋ ਜੀ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਤੁਹਾਡਾ ਨੈਕਸਟ ਵੀਡੀਓ 'ਚ। ਆਈ ਹੋਪ ਤੁਸੀਂ ਠੀਕ ਹੋਵੋਗੇ ਸਾਰੇ। ਅਤੇ ਦੋਸਤੋ, ਸੁਬਹਾ ਦਾ ਟਾਈਮ ਆ, 9:19 ਹੋ ਗਏ ਨੇ, ਅਤੇ ਜੱਪੂ ਅਤੇ ਦਾਦੀ ਪਿੱਛੇ। ਹੈਲੋ ਕਰ ਦਿਓ ਮੰਮੀ। ਹੈਲੋ ਜੱਪੂ, ਗੁੱਡ ਮੋਰਨਿੰਗ ਕਰੋ। ਹੈਲੋ ਜੱਪੂ, ਵੀਡੀਓ ਦੇ ਵਿੱਚ ਵੱਡੀ ਤਾਰੀ ਲੱਗੀ ਜਾਂਦੀ ਨੇ, ਉਹ ਕਰਦਾ ਹੀ ਕਰਦੀ ਆ। ਹੈਲੋ ਕਰਦੀ ਜੱਪੂ ਨੇ, ਇੱਧਰ ਪਾਪਾ ਹੈਲੋ ਕਰ ਦਿਓ। ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਅੱਜ ਹੈ ਮੰਮੀ ਦੀ ਵਾਰੀ, ਕੀ ਸੀਗਾ? ਹਾਂ, ਮੰਮੀ ਦੀ ਅੱਜ ਐਂਜੀਓਗ੍ਰਾਫੀ ਹੋਣੀ ਆ, ਕਿਉਂਕਿ ਕੱਲ੍ਹ ਈਕੋ ਅਤੇ ECG 'ਚ ਮਤਲਬ ਥੋੜ੍ਹੀ ਗੜਬੜ ਸੀ। ਈਕੋ ਦੇ ਵਿੱਚ ਕੁਛ ਨਹੀਂ ਆਇਆ, ਬੱਚੀ ਗੱਲ ਹੀ ਨਹੀਂ ਕਰਨੀ, ਅਤੇ ਈਕੋ ਦੇ ਵਿੱਚ ਕੁਛ ਨਹੀਂ ਆਇਆ, ਇਸ ਲਈ ਡਾਕਟਰ ਸ਼ੱਕ ਕੱਢਣ ਵਾਸਤੇ ਅੱਜ ਮੰਮੀ ਦੀ ਐਂਜੀਓਗ੍ਰਾਫੀ ਕਰਨੀ ਆ। ਤੋ ਡੈਡੀ ਨੂੰ ਤਾਂ ਅੱਜ ਛੁੱਟੀ ਮਿਲ ਜੂਗੀ, ਅਤੇ ਮੰਮੀ ਦਾ ਸ਼ਾਇਦ ਥੋੜ੍ਹਾ ਲੰਬਾ ਨਹੀਂ ਪ੍ਰੋਸੀਜਰ ਹੋਊਗਾ, ਹੈ ਨਾ? ਬਾਕੀ ਉਹ ਕੰਡੀਸ਼ਨ ਦੇ ਅਕੋਰਡਿੰਗ ਹੋਊਗਾ। ਵੈਸੇ ਤਾਂ ਮੈਨੂੰ ਲੱਗਦਾ ਸਭ ਠੀਕ ਹੀ ਹੋਊਗਾ ਮੰਮੀ, ਹੈ ਨਾ? ਅਤੇ ਕਿਉਂਕਿ ਈਕੋ ਨੋਰਮਲ ਆਈ ਤਾਂ ਹੋਪ ਵਧੀਆ ਹੀ ਹੋਵੇ। ਟੱਚ ਵੁੱਡ, ਵੁੱਡ ਤਾਂ ਹੈ ਨਹੀਂ ਉੱਥੇ। ਅਤੇ ਹੁਣ ਅਸੀਂ ਨਿਕਲ ਗਏ, ਬਸ 10 ਮਿੰਟ ਤੱਕ ਪਹੁੰਚ ਜਾਵਾਂਗੇ, ਅਤੇ ਇਸੇ ਦੇ ਨਾਲ ਤੁਹਾਨੂੰ ਮਿਲਦੇ ਰਹਾਂਗੇ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰੋ। ਹੋਸਪਿਟਲ ਦੇ ਨਾਮ ਤੇ ਵੈਸੇ ਬੰਦੇ ਨੂੰ ਡਰ ਲੱਗਦਾ ਜੀ, ਪਰ ਠੀਕ ਆ, ਕੁਛ ਹੈਲਥ ਲਈ ਚੀਜ਼ਾਂ ਵਧੀਆ ਹੁੰਦੀਆਂ, ਇਸ ਲਈ ਕਰਾ ਲੈਣਾ ਚਾਹੀਦਾ ਕੁਛ ਨਾ ਕੁਛ। ਜੱਪੂ ਮੇਰਾ ਬੱਚਾ ਛੁਬਾ ਚਬੋਤ ਕੇ ਲੈਦੀ ਹੋ ਜਾਂਦਾ, ਲੈਦੀ ਹੋ ਜਾਂਦਾ ਬਾਬੂ ਇੱਕ। ਕਰਦੇ ਫੋਨ? ਹਾਂ, ਤੁਸੀਂ ਚੱਲ ਜਾਓ ਉਹਦੇ ਨਾਲ ਹੀ, ਮੈਂ ਡੈਡੀ ਦੇਖ ਕੇ ਆਇਆ ਉੱਪਰ। ਹਾਂ ਠੀਕ ਆ, ਇਹਨੂੰ ਲੈ ਲਓ। ਹਾਂ, ਜੇ ਪਾਪਾ ਦੇ ਨਾਲ ਭੱਜ ਜਾ। ਨਹੀਂ, ਤੁਸੀਂ ਡਾਕਟਰ ਨੂੰ ਮਿਲੋ ਪਹਿਲਾਂ, ਫਿਲਹਾਲ ਬਾਏ ਬਾਬੂ, ਬਾਏ ਬਾਏ। ਆ ਪਰੇ ਪਿਆ ਸੀ ਹਸਪੀਟਲ ਵਾਲੇ, ਤਾਂ ਆਪਾਂ ਨੂੰ ਜਾਣਾ ਨਹੀਂ ਲੱਗਦਾ। ਕਿਹਨੇ ਆਪ ਤੋਂ ਕਰ ਲਿਆ? ਜੱਪੂ ਨੂੰ ਪਛਾਣ ਲੈ। ਦੇਖੋ ਪੂਰਾ ਹੀ ਪਾ ਲਿਆ, ਬਿਸਕੁਟ ਬਹੁਤ ਖਾਣੀ ਆ ਤੂੰ। ਦੀਦੀ ਦੇਖੋ ਖਾਣ ਚ ਬੀਜੀ, ਮੰਮੀ ਨੂੰ ਫਿਲਹਾਲ ਬੈਡ ਆ ਮਿਲੇ, ਵਾਸ਼ਰੂਮ ਗਏ ਪਹਿਲਾਂ, ਹੋਟਲ ਨਹੀਂ ਕਰਦੇ ਸੀ, ਡਬਲ ਬੈਡ ਮਿਲ ਗਏ, ਮਤਲਬ ਡੈਡੀ ਮੰਮੀ ਇੱਕ ਰੂਮ 'ਚ ਹੋਏ, ਪਸੰਦ ਨਹੀਂ ਆਉਣਾ ਦਿਨ ਦਾ। ਪਰ ਡੈਡੀ ਨੂੰ ਤਾਂ ਛੁੱਟੀ ਮਿਲੀ, ਡੈਡੀ ਦਾ ਤਾਂ ਵਧੀਆ, 121 ਜਗ੍ਹਾ ਮਿਲ ਗਿਆ। ਹਾਂ, ਉਹ ਸਾਹਮਣੇ ਸਿੱਧੂ ਕਿੰਨਾ ਘੁੰਮ ਗਿਆ ਸੀ। ਹਾਂ, ਉਹ ਦੇਖੋ ਪੂਰਾ ਖਾ ਗਈ, ਹੁਣ ਸੈੱਟ ਕਰ ਰਹੀ ਆ ਉਹਦੇ ਮੂੰਹ 'ਚ, ਗੰਦ ਪਈ ਜਾਂਦੇ ਤੁਸੀਂ ਤਾਂ। ਆਪਾਂ ਦੋ ਜਣੇ ਪੈ ਜਾਵਾਂਗੇ, ਡਰ ਲੱਗ ਰਿਹਾ ਹੈ ਥੋੜ੍ਹਾ ਥੋੜ੍ਹਾ। ਜਦੋਂ ਉਦਾਂ ਇਹ ਪ੍ਰੋਸੀਜਰ ਹੋ ਜਾਂਦਾ ਨਾ ਫਿਰ ਥੋੜ੍ਹਾ ਡਰ ਜਿਹਾ ਘਟ ਜਾਂਦਾ ਨਾ, ਘਬਰਾਹਟ ਤਾਂ ਨਹੀਂ ਹੁੰਦੀ?
ਜੇ ਹੋਈ ਹੋਈ ਤਾਂ ਦੱਸ ਦਿਓ ਨਾ। ਇੱਧਰ ਖਾਣ ਪਾਣ ਚੱਲ ਰਿਹਾ। ECG ਦੁਬਾਰਾ ਕੀਤਾ? ਇਹਦੇ ਚ ਹੋਊਗੀ ਉਨੀ ਰਿਪੋਰਟ? ਹਾਂ ਅੱਛਾ, ਉੱਥੇ ECG ਕੀਤਾ ਥੱਲੇ ਐਮਰਜੈਂਸੀ ਚ। ਇਸ ਤੋਂ ਬਾਅਦ ਤਾਂ ਡਾਕਟਰ ਚੈੱਕ ਕਰੂਗਾ, ਫਿਰ ਲੈ ਕੇ ਜਾਣਗੇ ਤੁਹਾਨੂੰ ਜਿੱਥੇ ਡੈਡੀ ਦਾ ਕੀਤਾ ਨਾ। ਕੈਸਾ ਦੇ ਹੋਸਪਿਟਲ 'ਚ ਆਏ ਖਲਾਰੇ ਪਾਉਣ ਵਾਸਤੇ, ਉਹ ਵੇਲੇ ਫੋਨ ਛਿੜੀ ਜਾਂਦੀ ਹੈ। ਜੁਪਿੰਦਰ ਰਾਜਾ ਆ ਨਹੀਂ, ਰੱਖੋ ਰੱਖੋ ਫੋਨ, ਰੱਖੋ ਰੱਖੋ, ਵਾਪਿਸ ਰੱਖੋ। ਆਊ ਆਊ ਆਪਾਂ ਨੂੰ ਜਿਹੜਾ ਕੋਈ ਮਿਲਦਾ ਕਹਿੰਦੇ ਆਪਕੇ ਪੇਸ਼ੈਂਟ ਦੋਨੋਂ ਸਾਈਡ ਹੈ। ਮੈਂ ਕਿਹਾ ਹਾਂ, ਇੱਕ ਆਈ ਸੀ ਯੂ ਜੀ, ਅਤੇ ਉਹ ਕਹਿੰਦੇ ਕਿ ਤੁਸੀਂ ਗੱਲ ਕਰਿਓ ਥੱਲੇ ਰੂਮ ਵਾਸਤੇ। ਹਾਂ ਉਹ ਵੇਟ ਕਰੀ ਜਾਂਦੇ ਆ ਰੂਮ ਵਾਸਤੇ, ਵੇਟ ਕਰ ਰਹੇ ਹੋ ਕੀ ਹੋਇਆ? ਡੈਡੀ ਬੈਠੇ ਸੀ ਸੋਫੇ 'ਤੇ। ਕਿੱਧਰ 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 ਖੜੀ ਹੋ ਜਾਜ ਕਿੱਥੇ ਚੁੱਕੂ? ਬੰਦ ਕਰ ਮੇਰੇ ਬੈਗ। ਅੱਛਾ ਜੀ, ਬੰਦ ਕਰ ਦਿਓ ਜਿਪ, ਬੰਦ ਕਰੋ ਜੇ, ਬੰਦ ਕਰ ਦਿਓ। ਨਹੀਂ ਬੱਚੇ ਹੋਸਪਿਟਲ 'ਚ ਵੀ ਲੇਟ ਜਾਂਦੇ। ਖੜੇ ਹੋ, ਖੜੀ ਹੋ ਜਾ। ਉਹ ਦੇਖ ਸ਼ੂਜ਼ ਪਹਿਨੋ, ਉਹ ਕਿੱਥੇ ਰੱਖਤੇ? ਸ਼ੂਜ਼ ਪਹਿਨੋ, ਸ਼ੂਜ਼ ਸ਼ੂਜ਼ ਪਹਿਨੋ। ਜਪਨੂਰ ਨਾ ਨਾ ਕਰ, ਜੱਬੂ ਖੜੀ ਹੋ ਜਾ। ਮੇਰੇ ਵੈਜੀਟੇਬਲ ਜਪਨੂਰ ਦਾ ਮੇਰੇ ਨੇ ਖਾਧੇ ਆ, ਹੈਲਦੀ ਖਾਣਾ ਛੋਲੇ ਭਟੂਰੇ। ਦੋਸਤੋ ਅਸੀਂ ਘਰੇ ਆਏ ਸੀ ਥੋੜ੍ਹਾ, ਕਿਉਂਕਿ ਜਪਨੂਰ ਦੇ ਵਿੱਚ ਵੈਸੇ ਤਾਂ ਨਾਲ ਲੈ ਕੇ ਗਏ ਸੀ, ਪਰ ਸਹਿਜ ਘਰੇ ਸੀਗਾ, ਉਹਨੂੰ ਵੀ ਹੁਣ ਨਾਲ ਲੈ ਕੇ ਚੱਲੇ ਹਾਂ। ਅਤੇ ਮੰਮੀ ਦੀ ਹੋ ਰਹੀ ਸੀ ਦਾਦੂ ਦਾ ਫੋਨ, ਅਤੇ ਉਹਦੇ 'ਚ ਥੋੜ੍ਹਾ ਪਤਾ, ਉਹਦੇ 'ਚ ਥੋੜ੍ਹਾ ਜਿਹਾ ਪਤਾ ਚੱਲਿਆ ਕਿ ਥੋੜ੍ਹਾ ਜਿਹਾ ਨਹੀਂ ਮਤਲਬ ਪਤਾ ਚੱਲ ਗਿਆ ਕਿ ਥੋੜ੍ਹਾ ਹੈ ਪ੍ਰੋਬਲਮ, ਤਾਂ ਇੱਕ ਛੋਟਾ ਸਟੰਟ ਪਊਗਾ। ਇਸ ਲਈ ਮੰਮੀ ਤੋਂ ਆਈ ਸੀ ਯੂ 'ਚ ਲੈ ਗਏ, ਉੱਥੇ ਮਿਲਣ ਨਹੀਂ ਦਿੰਦੇ ਤਾਂ ਸ਼ਾਮ ਨੂੰ ਮਿਲ ਸਕਦੇ ਸੀ। ਆ ਜਾ। ਅਤੇ ਡੈਡੀ ਨੂੰ ਅਜੇ ਰੂਮ ਅਲੋਟ ਨਹੀਂ ਹੋਇਆ ਸੀਗਾ, ਉਹ ਵੀ ਆਈ ਸੀ ਯੂ 'ਚ ਸੀਗੇ, ਇਸ ਲਈ ਮਿਲ ਤਾਂ ਸਕਦੇ ਨਹੀਂ ਸੀ। ਇਸ ਲਈ ਫਿਰ ਅਸੀਂ ਥੋੜ੍ਹਾ ਜਿਹਾ ਘਰ ਆ ਗਏ ਅਤੇ ਚੇਂਜ ਵਿੰਜ ਕਰਕੇ ਬੱਚਿਆਂ ਨੂੰ ਦੁੱਧ ਪਿਲਾਤਾ, ਜੱਪੂ ਨੂੰ ਸਹਿ ਨੂੰ ਵੀ ਖਾਣਾ ਖਵਾਤਾ, ਦੁੱਧ ਵੀ ਪਿਲਾਤਾ, ਅਤੇ ਹੁਣ ਚੱਲੇ ਸੀ ਫਿਰ ਤੋਂ, ਕਿਉਂਕਿ ਜਦੋਂ ਰੂਮ ਅਲੋਟ ਹੁੰਦਾ ਇਹ ਹੋਣਾ ਕੋਈ ਚਾਹੀਦਾ ਉੱਥੇ। ਆ ਕੋਈ ਫੋਨ, ਇਹ ਤਾਂ ਮੰਮੀ ਦਾ
ਡੈਡੀ ਦਾ ਫੋਨ ਵੀ ਲੈ ਚੱਲਦੇ ਕਿਉਂਕਿ ਰੂਮ 'ਚ ਆ ਕੇ ਤਾਂ ਫਿਰ ਫੋਨ ਯੂਜ਼ ਕਰ ਸਕਦੇ ਹਾਂ, ਮਤਲਬ ਫੋਨ ਵਗੈਰਾ ਕਰਨਾ ਹੋਵੇ ਤਾਂ ਜੋ ਵੀ ਹੈ। ਚੱਲੀਏ ਫਿਰ, ਚਲੋ ਆ ਜਾਓ। ਤੂੰ ਹਰ ਜਗ੍ਹਾ 'ਤੇ ਫੋਨ ਛੇੜੀ ਜਾਂਦੀ ਹੈ। ਸੋ ਡੈਡੀ ਨੂੰ ਮਿਲਿਆ ਹੈ ਰੂਮ 'ਚ, ਮਿਲ ਗਿਆ ਰੂਮਾਂ ਵਾਲਾ, ਇੱਕ ਪੇਸ਼ੈਂਟ ਹੋਰ ਵੀ ਹੈ ਨਾਲ ਜਿੱਥੇ ਪੜਦਾ ਲੱਗਿਆ। ਇੱਕ ਰੂਮ 'ਚ ਦੋ ਜਣੇ ਹੈ ਨਾ ਬਿਨੀ, ਉਹ ਜਿਸ 'ਚ ਮੰਮੀ ਨੂੰ ਪਾਇਆ ਸੀ ਉਹਦਾ ਲੰਬਾ ਸੀ ਨਾ, ਖੁੱਲੂਗਾ ਕਿਸੇ ਨੂੰ ਕਹੋ ਨਾ ਖੋਲ ਕੇ ਦੇ ਦੇਣਗੇ। ਉਹ ਦੇ ਲਓ ਖਲਾਰੇ, ਇੱਧਰ ਨਾਲ ਹੀ ਵਾਸ਼ਰੂਮ ਵੀ ਆ, ਮਤਲਬ ਵਧੀਆ ਵਾ ਇਸ ਹੋਸਪਿਟਲ 'ਚ। ਉਹ ਸੋਰੀ ਕੀ ਵਿਖਾਤਾ, ਸਪੇਸ਼ੀਅਸ ਵਾਸ਼ਰੂਮ। ਸੋ ਦੋਸਤੋ, ਡੈਡੀ ਨੂੰ ਵੀ ਰੂਮ ਮਿਲ ਗਿਆ, ਮੰਮੀ ਹੁਣ ਅੱਜ ICU 'ਚ, ਅਤੇ ਉਹਨਾਂ ਨੂੰ ਤਾਂ ਛੁੱਟੀ ਮਿਲਣੀ ਨੀਗੀ ਅਤੇ ਨਾ ਹੀ ਮਿਲ ਸਕਦੇ ਹਾਂ। 5:30 ਮੈਂ ਆਊਂਗੀ ਅਤੇ ਫਿਲਹਾਲ ਬਿੰਨੀ ਜਾ ਰਹੇ ਨੇ, ਬਿੰਨੀ ਚੱਲੇ ਨੇ ਔਫਿਸ ਅਤੇ ਮੈਂ ਸਹਿਜ ਦੇ ਜਬਲੂਰ ਆਟੋ 'ਤੇ ਚੱਲਿਆ ਘਰ। ਸਾਨੂੰ ਆਟੋ 'ਤੇ ਭੇਜਣ ਲੱਗੇ ਹਾਂ, ਅਸੀਂ ਆਪਦੀ ਮਰਸਡੀਜ਼ 'ਤੇ ਜਾਵਾਂਗੇ। ਕਿੰਨੇ ਵਜੇ ਤੱਕ ਆ ਜਾਓਗੇ ਤੁਸੀਂ? 9:30 ਚਲੋ ਦੇਖ ਲਿਓ ਕਦੋਂ ਵੀ ਆਉਣਾ। ਚਲੋ ਚਲੋ ਜੀ ਦੋਸਤੋ, ਆਟੋ ਆਉਣੇ ਵਾਲਾ ਸਾਡਾ, ਠੀਕ ਹੋ? ਡੈਡੀ ਦੇਖ ਲਓ ਕਿੰਨੇ ਐਕਟਿਵ ਸੀ। ਤੁਸੀਂ ਡੈਡੀ ਨੂੰ ਮਿਲ ਸੀ, ਉਹ ਵੀ ਹੋ ਜਾਂਦਾ ਇੰਜੋਗ੍ਰਾਫੀ ਇਸ ਟਾਈਮ ਤੇ, ਤੁਹਾਨੂੰ ਵੀ ਪਿਆ ਹੀ ਆ ਤੇ ਠੀਕ ਹੋ ਨਾ। ਨਸ਼ਾ ਵਾ? ਹਾਂ ਸਿੱਧੀ ਰੱਖਣੀ। ਅੱਛਾ, ਪਰ ਸਿੱਧੇ ਪੈਣਾ ਵੀ ਤਾਂ ਔਖਾ ਨਾ। ਮੈਂ ਥੋੜ੍ਹੀ ਦੇਰ, ਮੈਂ ਕਿਹਾ ਮੈਨੂੰ ਇੱਦਾਂ ਕਰ ਦਿਓ ਤੁਸੀਂ ਕਿ ਪਿਆਣੀ। ਹਾਂ ਇੱਦਾਂ ਦਿਸਦਾ ਵੀ ਹੈ ਨਾ ਸਾਰੇ, ਮੈਂ ਥੋੜ੍ਹੀ ਦੇਰ ਇੱਦਾਂ ਕਰ। ਸੋ ਮੰਮੀ ਨੂੰ ਵੀ ਮਿਲ ਰਿਹਾ, ਡੈਡੀ ਨੂੰ ਵੀ ਮਿਲ ਰਿਹਾ, ਹੁਣ ਮੈਂ ਸਿੱਧਾ ਜਾਊਂਗੀ ਘਰ। ਬੱਚੇ ਵੀ ਘਰ ਇਕੱਲੇ ਆ। ਫਿਰ ਸੇ ਬੋਲੋ ਦੋਸਤੋ। ਅੱਜ ਬਣਾਇਆ ਮੈਂ ਸਾਂਬਰ ਐਂਡ ਡੋਸਾ, ਜੋ ਹੈ ਮੇਰਾ ਉਹ ਮਲਟੀ ਗ੍ਰੇਨ ਡੋਸਾ ਹੈ, ਮਤਲਬ ਜੋ ਬਣਾਇਆ ਮੈਂ ਉਹ ਕਹਿ ਰਹੀ। ਬਿੰਨੇ ਮਿਲੇ ਡੈਡੀ ਨੂੰ, ਮੰਮੀ ਨੂੰ ਤਾਂ ਮਿਲ ਨਹੀਂ ਸਕਦੇ ਸਰ, ਗਿਆਰਾਂ ਤੋਂ ਬਾਰਾਂ ਟਾਈਮ। ਸੋ ਹੁਣ ਅਸੀਂ ਡਿਨਰ ਕਰ ਰਹੇ ਹਾਂ। ਕੀ ਤੂੰ ਕੀ ਕਰੀ ਜਾਂਦਾ ਹੈ? ਫਿਰ ਸਕੂਲ ਜਾਣਾ ਬੰਦਿਆਂ ਘੋਟ ਜੀ, ਠੀਕ ਆ? ਇਸ ਦੇ ਨਾਲ ਤੁਹਾਨੂੰ ਮਿਲਦੇ ਹਾਂ ਨੈਕਸਟ ਵੀਡੀਓ 'ਚ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਮੇਰੀ ਅੱਖਾਂ ਕਿੱਦਾਂ ਦੀਆਂ ਹੋਈ ਪਏ ਮੰਨੀ, ਚਿੜੀਆਂ ਚਿੜੀਆਂ ਹੀ ਆ ਹੈ ਨਾ। ਅਤੇ ਹੁਣ ਅਸੀਂ ਖਾ ਕਰਕੇ ਡਿਨਰ ਬਸ ਵੋਕ ਵੂਕ ਕਰਕੇ ਸੌਂ ਜਾਵਾਂਗੇ। ਓਕੇ ਜੀ, ਗੁੱਡ ਨਾਈਟ ਸਾਰਿਆਂ ਨੂੰ।